ਦਾ ਮਦੀਨਾ ਬੜੀ ਦੂਰ ਹੈ, ਤੁਹਾਡਾ ਸਲਾਮ ਕਿਵੇਂ ਪਹੁੰਚੇਗਾ? ਮੇਰੇ ਪੀਰਾਂ ਦੱਸਿਆ ਪਹੁੰਚਦਾ, ਮੇਰੇ ਭਾਈ ਰਹਿਮਤ ਨੇ ਦੱਸਿਆ ਪਹੁੰਚਦਾ, ਮੇਰੇ ਚਿਸ਼ਤੀ ਨੇ ਦੱਸਿਆ ਪਹੁੰਚਦਾ, ਇਹ ਕਿਵੇਂ ਪਹੁੰਚਦਾ? ਮਦੀਨਾ ਬੜੀ ਦੂਰ ਹੈ, ਮੋੜ ਮੋੜ ਖੁੰਡਾ ਬੜੀ ਦੂਰ ਹੈ। ਮੈਂ ਕਿਹਾ ਤੇਰਾ ਯਾਰ ਕਰਾਚੀ ਹੋਵੇ ਤੇ ਕੋਲ ਲੋਡ ਮੁੱਕ ਜਾ, ਉਹ ਤੈਨੂੰ ਮੋੜ ਖੁੰਡੇ ਫੋਨ ਕਰੇ ਬਈ ਜੱਲਿਆ ਮੇਰੇ ਕੋਲ ਲੋਡ ਮੁੱਕ ਗਿਆ, ਤੂੰ ਰੁਪਈਆ 100 ਫੜਿਆ ਤੇ ਮੁਹੰਮਦ ਬੂਟੇ ਦੀ ਦੁਕਾਨ ਤੇ, ਤੂੰ ਕਿਹਾ ਮੇਰੇ ਯਾਰ ਕੋਲ ਲੋਡ ਮੁੱਕ ਗਿਆ, ਤੇ ਉਹਨੇ ਬੋਲ ਕੇ ਆਖਿਆ ਰੁਪਈਆ 100 ਲਿਆ ਤੇ ਨੰਬਰ ਦੱਸ, ਫਿਰ 100 ਦੇ ਜਾਣੇ ਵੇਖ। ਉਹਨੇ ਰੁਪਈਆ 100 ਫੜਿਆ ਬੂਟੇ ਨੇ ਤੇ ਉਹਨੇ ਕਿਹਾ ਨੰਬਰ ਦੱਸ। ਉਹਨੇ ਇਹ ਨੀ ਪੁੱਛਿਆ ਯਾਰ ਮੋੜ ਖੁੰਡੇ ਵਿੱਚ ਕਿ ਮੋੜ ਖੁੰਡੇ ਤੋਂ ਬਾਹਰ ਹੈ, ਮੈਨੂੰ ਦੱਸਦੇ ਸੀ ਲੋਡ ਵਿੱਚ ਭੇਜਣਾ ਮੋੜ ਖੁੰਡੇ ਦੇ ਕਿ ਬਾਹਰ ਭੇਜਣਾ। ਉਹਨੇ ਇਹ ਨੀ ਪੁੱਛਿਆ ਜ਼ਿਲ੍ਹੇ ਦੇ ਵਿੱਚ ਕਿ ਜ਼ਿਲ੍ਹੇ ਤੋਂ ਬਾਹਰ, ਉਹਨੇ ਇਹ ਨੀ ਪੁੱਛਿਆ ਸ਼ਹਿਰ ਦੇ ਵਿੱਚ ਕਿ ਸ਼ਹਿਰ ਤੋਂ ਬਾਹਰ, ਉਹਨੇ ਇਹ ਨੀ ਪੁੱਛਿਆ ਸੂਬੇ ਦੇ ਕਿ ਸੂਬੇ ਤੋਂ ਬਾਹਰ। ਓਏ ਤੇਰਾ ਲੋਡ ਸੂਬੇ ਤੋਂ ਬਾਹਰ ਜਾ ਸਕਦਾ ਹੈ, ਫਿਰ ਸਾਡਾ ਦਰੂਦ ਮਦੀਨੇ ਜਾ ਸਕਦਾ ਹੈ। ਜਿਹੜੇ ਬੰਦੇ ਨੇ ਇੱਥੇ ਵੀ ਨਹੀਂ ਬੋਲਣਾ, ਗੱਜ ਕੇ ਬੋਲੋ, ਗੱਜ ਕੇ ਬੋਲੋ। حضرات دی وقار بڑی توجہ دا تعلیم جی، بسم اللہ کرا حضرات، جے تیرا لوڈ کراچی جا سکدا ہے پھر ساڈا درود مدینے بھی جا سکدا ہے، گج کے بول۔ او دیدان گرامی اے جدو درود پڑھن دی واری آ جاوے، درود ਪੜਿਆ ਕਰ ਪੜਿਆ ਕਰ ਇਹ ਲੋਗੋ ਜਦੋਂ ਕਿਆਮਤ ਰੋਜ਼ ਹੋਵੇਗਾ ਰੱਬ ਦਾ ਦਰਬਾਰ ਲੱਗਿਆ ਹੋਵੇਗਾ। ਹਜ਼ਰਤ ਦੀ ਵਕਾਰ ਮਹਿਫਲਾਂ ਵਾਲੇ ਨਬੀ ਦੇ ਦਰਬਾਰ ਵਿੱਚ ਆ ਜਾਣਗੇ, ਅਰਜ਼ ਕਰਨਗੇ ਸੋਹਣਿਆ ਅਸੀਂ ਤੇਰੇ ਗੁਨਗਾਂ ਤੇਰੇ ਆ ਵਕਾਰ ਮੋੜ ਖੁੰਡੇ ਵਾਲਿਓ ਤੇ ਮੋੜ ਖੁੰਡੇ ਵਿੱਚ ਆਉਣ ਵਾਲਿਓ। ਕੋਈ ਕਿਸੇ ਬਸਤੀ ਵਿੱਚ ਆ ਗਿਆ, ਕੋਈ ਕਿਸੇ ਬਸਤੀ ਵਿੱਚ ਆ ਗਿਆ, ਮੋੜ ਖੁੰਡੇ ਦੀ ਮਹਿਫਲ ਵੀ ਉੱਠ ਜਾਏਗੀ। ਉੱਥੇ ਮੇਰੇ ਪੀਰ ਉੱਠ ਜਾਣਗੇ, ਉੱਥੇ ਮੇਰੇ ਸੈਯਦ ਉੱਠ ਜਾਣਗੇ, ਉੱਥੇ ਮੇਰੇ ਆਲਮੇ ਦੀਨ ਉੱਠ ਜਾਣਗੇ, ਅਰਜ਼ ਕਰਨਗੇ ਸੋਹਣਿਆ ਬੋਲੀ ਬੋਲੀ ਅਸੀਂ ਤੇਰੇ ਦੇ ਦਰੂਦ ਵੀ ਪੜਦੇ ਰਹੇ ਹਾਂ, ਅਸੀਂ ਤੇਰੇ ਦੇ ਸਲਾਮ ਵੀ ਪੜਦੇ ਰਹੇ ਹਾਂ। ਇਹ ਲੋਕ ਜਦੋਂ ਦਰੂਦ ਦੀ ਵਾਰੀ ਆ ਜਾਵੇ ਰੱਬਿਆਂ ਦਾ ਦਰੂਦ ਪੜ ਲੈ ਪੜ ਲੈ ਪੜ ਲੈ ਪੜ ਲੈ ਵਾਰੀ ਆ ਗਈ। ਨਮਾਜ਼ਾਂ ਵਾਲੇ ਵੀ ਪਿੱਛੇ ਰਹਿ ਜਾਣੇ ਨੇ, ਐ ਨਾ ਸਮਝਿਆ ਜੇ ਕਿ ਨਮਾਜ਼ ਪੜ੍ਹਨੀ ਨਹੀਂ, ਨਮਾਜ਼ਾਂ ਵਾਲੇ ਵੀ ਪਿੱਛੇ ਰਹਿ ਜਾਣੇ ਨੇ, ਲੰਮੀਆਂ ਲੰਮੀਆਂ ਦਾੜੀਆਂ ਵਾਲੇ ਵੀ ਪਿੱਛੇ ਰਹਿ ਜਾਣੇ ਨੇ, ਜਿੰਨਾ ਤੰਬੀਆਂ ਚੁੱਕ ਲਈਆਂ ਨੇ ਉਹਨਾਂ ਵੀ ਪਿੱਛੇ ਰਹਿ ਜਾਣੇ। ਹਜ਼ਰਤ ਦੀ ਵਕਾਰ ਅੱਗੇ ਉਹਨੇ ਹੀ ਲੰਘਣਾ ਏ ਜਿਹਦੇ ਦਿਲ ਵਿੱਚ ਹੁਸੈਨ ਦੇ ਨਾਨੇ ਦਾ ਪਿਆਰ ਏ। لبیک یا رسول اللہ، لبیک 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 یا رسول اللہ، لبیک 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 یا رسول اللہ۔ حضرت علامہ مولانا قاری امان اللہ تبریزی صاحب علماء اہل سنت